ਦੁਸ਼ਮਣ ਦੇ ਹੁਕਮ ਦੀ ਤਾਮੀਰ ਕੀਤੀ ਜਾਏ। ਹੋ ਸਕਦਾ ਹੈ ਇਹ ਇਹਦੀ ਜ਼ਿੰਦਗੀ ਦੀ ਆਖਰੀ ਖਾਹਿਸ਼ ਹੋਵੇ, ਨਾਲੇ ਉਦੋਂ ਤੱਕ ਨੱਚੋ ਨੀ। ਅਸਲਾਮ ਅਲੈਕੁਮ, ਹੱਸਦੇ ਰਹੋ ਵੱਸਦੇ ਰਹੋ, ਮੈਂ ਤਾਰਕ ਸਾਨੀ ਅਤੇ ਅੱਜ ਜਿਹੜੀ ਫਿਲਮ ਲੈ ਕੇ ਮੈਂ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੋ ਰਿਹਾ, ਉਸ ਫਿਲਮ ਦਾ ਨਾਮ ਬਾਬਲ ਹੈ। ਇਹ ਫਿਲਮ ਯੂਟਿਊਬ 'ਤੇ ਮੌਜੂਦ ਨਹੀਂ ਹੈ। ਬਾਬਲ ਜਿਹੜਾ 1971 ਵਿੱਚ ਹੀ ਰਿਲੀਜ਼ ਹੋਈ ਸੀ ਔਰ ਬਲੈਕ ਐਂਡ ਵਾਈਟ ਸੀ, ਲੇਕਿਨ ਜਿਸ ਬਾਬਲ ਦਾ ਮੈਂ ਜ਼ਿਕਰ ਕਰ ਰਿਹਾ, ਇਸ ਫਿਲਮ ਦੇ ਅੰਦਰ ਵੀ ਟਾਈਟਲ ਰੋਲ ਅਦਾਕਾਰ ਸੁਲਤਾਨ ਰਹੀ ਨੇ ਅਦਾ ਕੀਤਾ ਔਰ ਇਹ ਰੰਗੀਨ ਪੰਜਾਬੀ ਫਿਲਮ ਸੀ। 9 ਫਰਵਰੀ 1990 ਬਰੋਜਿਮਾ ਰਿਲੀਜ਼ ਹੋਣ ਵਾਲੀ ਇੱਕ ਰੰਗੀਨ ਪੰਜਾਬੀ ਫਿਲਮ ਬਾਬਲ। ਇਸ ਫਿਲਮ ਦੇ ਅੰਦਰ ਅਲਿਆਸ ਕਸ਼ਮੀਰੀ ਨੇ ਅੱਛੇ ਪਹਿਲਵਾਨ ਦਾ ਕਿਰਦਾਰ ਅਦਾ ਕੀਤਾ ਹੈ, ਜਿਹੜਾ ਇੱਕ ਬਹੁਤ ਵੱਡਾ ਬਦਮਾਸ਼ ਹੁੰਦਾ ਹੈ ਔਰ ਜੂਏ ਦੇ ਕਈ ਅੱਡੇ ਚਲਾਉਂਦਾ ਹੈ। ਬੇਸਿਕ ਜਿਹੜੀ ਕਹਾਣੀ ਹੈ ਇਹ ਸ਼ਰੀਫ ਦੀ ਹੈ, ਮੁਹੰਮਦ ਸ਼ਰੀਫ ਉਹ ਜੱਗਾ ਬਦਮਾਸ਼ ਦੀ ਇਹ ਕਹਾਣੀ ਦੱਸੀ ਗਈ ਹੈ ਕਿ ਜੱਗਾ ਬਦਮਾਸ਼ ਜਿਹੜਾ ਪੂਰੇ ਸ਼ਹਿਰ ਦਾ ਕਿੰਗ ਹੁੰਦਾ ਹੈ ਔਰ ਬਹੁਤ ਸਾਰੇ ਲੋਕਾਂ ਨੂੰ ਕਤਲ ਕਰਦਾ ਹੈ। ਇਸ ਫਿਲਮ ਦੇ ਅੰਦਰ ਚੰਦ ਦੀ ਕਿਰਦਾਰ ਜਿਹੜਾ ਨਾ ਪ੍ਰਤੀਤ ਦੇ ਰੱਖੇ ਗਏ, ਮਸਲਨ ਗੋਰੀ ਨੇ ਇਸ ਫਿਲਮ ਦੇ ਅੰਦਰ ਨੀਲਮ ਬਾਈ ਦਾ ਕਿਰਦਾਰ ਅਦਾ ਕੀਤਾ ਹੈ, ਜਿਹੜੀ ਕਿ ਸ਼ਰੀਫ ਜੱਗੇ ਦੇ ਨਾਲ ਪਿਆਰ ਕਰਦੀ ਹੈ। ਤਾਰੇ ਦੀ ਇੱਕ ਬੀਵੀ ਆਉਂਦੀ ਔਰ ਬੀਵੀ ਦਾ ਕਿਰਦਾਰ ਅਦਾਕਾਰ ਆਲੀਆ ਨੇ ਅਦਾ ਕੀਤਾ ਹੈ। ਜੱਗਾ ਜਿਹੜਾ ਆਉਂਦਾ ਉਹ ਵੀ ਨੀਲਮ ਬਾਈ ਦੇ ਨਾਲ ਬਹੁਤ ਪਿਆਰ ਕਰਦਾ ਹੈ, ਲੇਕਿਨ ਨੀਲਮ ਬਾਈ ਦਾ ਜਿਹੜਾ ਕਿਰਦਾਰ ਹੈ ਉਹ ਇੱਕ ਭਰਤੀ ਦਾ ਕਿਰਦਾਰ ਹੈ, ਉਹਦਾ ਕੋਈ ਖਾਸ ਕੰਮ ਨਹੀਂ ਹੈ। ਉਹਨੂੰ ਰਸਤੇ 'ਚ ਉਟਾਉਣ ਵਾਸਤੇ ਕਤਲ ਵੀ ਕਰ ਦਿੱਤਾ ਜਾਂਦਾ ਹੈ ਔਰ ਇੱਕ ਦੋ ਗਾਣੇ ਉਹਨੇ ਕੀਤੇ। ਮੁਸਕ੍ਰੇਸ਼ੀ ਨੇ ਇਸ ਫਿਲਮ ਦੇ ਅੰਦਰ ਚਾਂਡੀਓ ਦਾ ਕਿਰਦਾਰ ਅਦਾ ਕੀਤਾ ਹੈ, ਜਿਹੜਾ ਇੱਕ ਬਹੁਤ ਵੱਡਾ ਬਦਮਾਸ਼ ਹੁੰਦਾ ਹੈ ਔਰ ਉਹਦੀ ਅਤੇ ਜੱਗੇ ਦੀ ਦੁਸ਼ਮਣੀ ਦਾ ਆਗਾਜ਼ ਹੁੰਦਾ ਹੈ। ਆਪਸ ਵਿੱਚ ਇੱਕ ਦੂਸਰੇ ਨਾਲ ਕਾਫੀ ਦਫ਼ਾ ਲੜਨੇ, ਜੱਗੇ ਨੂੰ ਕਤਲ ਦੇ ਇਲਜ਼ਾਮ ਵਿੱਚ ਪੁਲਿਸ ਗ੍ਰਿਫਤਾਰ ਕਰ ਲੈਂਦੀ ਹੈ ਔਰ ਗ੍ਰਿਫਤਾਰ ਕਰਕੇ ਅਦਾਲਤ ਹੀ ਪੇਸ਼ ਕਰਦੀ ਹੈ। ਔਰ ਜਿਹੜਾ ਸਫਦਰ ਹੁਸੈਨ ਵਕੀਲ ਹੁੰਦਾ, ਸਫਦਰ ਹੁਸੈਨ ਵਕੀਲ ਦਾ ਕਿਰਦਾਰ ਅਦਾਕਾਰ ਅਫਜ਼ਾਲ ਅਹਿਮਦ ਨੇ ਅਦਾ ਕੀਤਾ ਹੈ। ਔਰ ਤੁਸੀਂ ਇਹ ਜ਼ਹਿਨ ਹੀ ਰੱਖਣਾ ਕਿ ਸਫਦਰ ਹੁਸੈਨ ਵਕੀਲ ਹੈ, ਅੱਗੇ ਚੱਲ ਕੇ ਮੈਂ ਤੁਹਾਨੂੰ ਦੱਸਾਂਗਾ। ਉਹ ਕਹਿੰਦਾ ਕਿ ਮੈਂ ਵਕਾਲਤ ਛੋੜ ਰਿਹਾ, ਲੇਕਿਨ ਉਹ ਕਹਿੰਦਾ ਇਹ ਮੇਰਾ ਆਖਰੀ ਕੇਸ ਹੈ। ਉਹ ਖੈਰ ਜੱਗੇ ਦੀ ਜ਼ਮਾਨਤ ਕਰਾ ਲੈਂਦਾ, ਜੱਗਾ ਜ਼ਮਾਨਤ 'ਤੇ ਰਿਹਾ ਕੇ ਆ ਜਾਂਦਾ। ਔਰ ਇਸ ਦੌਰਾਨ ਚਾਂਡੀਓ ਕੋਲੋਂ ਨੀਲਮ ਬਾਈ ਮਾਰੀ ਜਾਂਦੀ ਹੈ, ਚਾਂਡੀਓ ਗ੍ਰਿਫਤਾਰ ਹੋ ਕੇ ਜੇਲ੍ਹ ਚਲਾ ਜਾਂਦਾ ਹੈ। ਔਰ ਖੁਦਾ ਦੀ ਕਰਨੀ ਹੈ ਕਿ ਜੱਗੇ ਦੇ ਘਰ ਦੋ ਧੀਆਂ ਪੈਦਾ ਹੁੰਦੀਆਂ ਹਨ, ਹਾਲਾਂਕਿ ਜੱਗਾ ਆਪਣੀ ਬੀਵੀ ਨੂੰ ਕਹਿੰਦਾ ਕਿ ਤੂੰ ਪੁੱਤਰ ਪੈਦਾ ਕਰਨੇ, ਉਹਦੀਆਂ ਦੋ ਧੀਆਂ ਪੈਦਾ ਕਰਨ ਤੋਂ ਬਾਅਦ ਉਹ ਮਰ ਜਾਂਦੀ ਹੈ। ਜੱਗੇ ਨੂੰ ਬੜਾ ਗੁੱਸਾ ਆਉਂਦਾ ਔਰ ਬੜਾ ਹੀ ਜ਼ਬਰਦਸਤ ਸੀਨ ਹੈ ਕਿ ਜਦੋਂ ਰਾਤ ਦੀ ਤਾਂ ਨਾਈ ਜਾਂਦਾ ਕਬਰਸਤਾਨ ਹੀ, ਬਿਜਲੀ ਚਮਕ ਰਹੀ ਹੁੰਦੀ ਔਰ ਕਬਰਾਂ ਖੁੰਡਦਾ ਔਰ ਕਬਰਾਂ ਖੁੰਡ ਕੇ ਆਪਣੇ ਦੋਵਾਂ ਬੱਚਿਆਂ ਨੂੰ ਦੱਸ ਦੇਣ ਕਿ ਉਹ ਦਫਨਾ ਦਿੰਦਾ। ਪੂਰੇ ਸ਼ਹਿਰ 'ਚ ਰੋਲਾ ਮਰ ਜਾਂਦਾ, ਪੂਰੇ ਸ਼ਹਿਰ 'ਚ ਜਿਹੜਾ ਨਾ ਕਰਾਮ ਮਚ ਜਾਂਦਾ ਕਿ ਜੱਗੇ ਨੇ ਆਪਣੀ ਦੋਨਾਂ ਧੀਆਂ ਨੂੰ ਜ਼ਿੰਦਾ ਦਰਗੋਰ ਕਰ ਲਿੱਤਾ ਔਰ ਉਸ ਡਾਕਟਰ ਨੂੰ ਗ੍ਰਿਫਤਾਰ ਕਰ ਲੈਂਦੇ। ਔਰ ਡਾਕਟਰ ਇੱਥੇ ਕਿਹੜਾ ਹੁੰਦਾ, ਸਫਦਰ ਹੁਸੈਨ ਜਿਹੜਾ ਪਹਿਲੇ ਵਕੀਲ ਹੁੰਦਾ ਉਹ ਵੀ ਡਾਕਟਰ ਹੁੰਦਾ। ਅਦਾਲਤ ਜਾਂਦਾ, ਅਦਾਲਤ ਨੂੰ ਸਜ਼ਾ ਦੇਣ ਲੱਗਦੀ ਹੈ, ਲੇਕਿਨ ਜੱਗਾ ਆਉਂਦਾ ਔਰ ਆਪਣੀ ਗ੍ਰਿਫਤਾਰੀ ਪੇਸ਼ ਕਰ ਦਿੰਦਾ। ਖੈਰ ਸਫਦਰ ਹੁਸੈਨ ਵਕਾਲਤ ਕਰਦਿਆ ਉਸਦੀ ਔਰ ਉਹਨੂੰ ਰਿਹਾਅ ਕਰਾ ਲੈਂਦਾ, ਕਿਉਂਕਿ ਕਿਸੇ ਦੇ ਕੋਲ ਕੋਈ ਸਬੂਤ ਨਹੀਂ ਹੁੰਦਾ। ਚਾਂਡੀਓ ਦੇ ਦੋ ਪੁੱਤਰ ਹੁੰਦੇ ਨੇ, ਇਹ ਗੱਲ ਜ਼ਹਿਨ ਵਿੱਚ ਰੱਖਣੀ, ਚਾਂਡੀਓ ਦੇ ਦੋ ਪੁੱਤਰ ਹੁੰਦੇ ਨੇ, ਚਾਂਡੀਓ ਜੇਲ੍ਹ ਵਿੱਚ ਹੁੰਦਾ ਹੈ, ਚਾਂਡੀਓ ਨੂੰ ਉਮਰ ਕੈਦ ਸਜ਼ਾ ਹੋ ਜਾਂਦੀ ਹੈ। ਇੱਧਰ ਜਿਹੜਾ ਵਕਤ ਗੁਜ਼ਰਦਾ, ਜੱਗਾ ਵੀ ਜਿਹੜਾ ਨਾ ਉਹ ਬੁੱਢਾ ਹੋ ਜਾਂਦਾ ਔਰ ਚਾਂਡੀਓ ਦੇ ਦੋ ਪੁੱਤਰ ਜਵਾਨ ਹੋ ਜਾਂਦੇ, ਅੱਛਾ ਪਹਿਲਵਾਨ ਹੁੰਦਾ, ਉਹਦੇ ਵੀ ਜ਼ਹਿਰ ਸ਼ਾਹ, ਅਲਤਾਫ ਖਾਨ, ਇਸਾ, ਜਵੇਦ ਹਸਨ ਵਗੈਰਾ ਉਹਦੇ ਪੁੱਤਰ ਹੁੰਦੇ ਨੇ ਔਰ ਸ਼ਾਇਦ ਵਿੱਚ ਅੰਤ ਮਚਾਈ ਹੁੰਦੀ ਉਹਨੇ। ਔਰ ਇੱਥੇ ਅਫਜ਼ਾਲ ਅਹਿਮਦ ਦੀ ਦੁਬਾਰਾ ਐਂਟਰੀ ਹੁੰਦੀ, ਆਪਣੀ ਧੀ ਦੇ ਨਾਲ ਆਰ ਹੋ ਜਾਂਦਾ ਔਰ ਅਰਫਤ ਸਦੀਕੀ ਉਹਦੀ ਧੀ ਹੁੰਦੇ ਔਰ ਅਰਫਤ ਸਦੀਕੀ ਜਿਹੜੀ ਹੁੰਦੀ ਉਹ ਵੀ ਭਰਤੀ ਦਾ ਕਿਰਦਾਰ ਹੈ, ਕਿਉਂਕਿ ਇਸ ਤੋਂ ਬਾਅਦ ਅਰਫਤ ਸਦੀਕੀ ਦਾ ਵੀ ਕੋਈ ਕੰਮ ਨਹੀਂ ਹੁੰਦਾ, ਉਹਨੂੰ ਵੀ ਇੱਕ ਜ਼ਾਇਆ ਕੀਤਾ ਗਿਆ। ਅਰਫਤ ਸਦੀਕੀ ਗੁੰਡਾ ਕੁਲ ਬਚ ਕੇ ਨੱਚਦੀ ਹੈ ਔਰ ਸ਼ਬਾਜ਼ ਅਕਮਲ ਜਿਹੜਾ ਇਸ ਫਿਲਮ ਦਾ ਹੀਰੋ ਹੁੰਦਾ, ਅਕਬਰ ਦਾ ਨਾਂ ਹੁੰਦਾ,
ਉਹ ਆ ਜਾਂਦਾ ਔਰ ਆ ਕੇ ਉਹਨੂੰ ਬਚਾ ਲੈਂਦਾ ਔਰ ਆਪਣੇ ਘਰ ਲੈ ਜਾਂਦਾ। ਸਾਧੂ ਗੁਜਰ ਦਾ ਕਿਰਦਾਰ ਅਦਾਕਾਰ ਅਜਮਲ ਖਾਨ ਨੇ ਅਦਾ ਕੀਤਾ, ਜਿਹੜਾ ਕਿ ਜੱਗੇ ਦਾ ਦੋਸਤ ਹੁੰਦਾ, ਔਰ ਜਦੋਂ ਉਸਨੂੰ ਪਤਾ ਚੱਲਦਾ ਕਿ ਜੱਗੇ ਨੇ ਆਪਣੇ ਦੋਨਾਂ ਧੀਆਂ ਨੂੰ ਜ਼ਿੰਦਾ ਦਫਨਾ ਦਿੱਤਾ, ਉਹਦਾ ਸਖ਼ਤ ਖਿਲਾਫ ਹੋ ਜਾਂਦਾ। ਲੇਕਿਨ ਹਾਲਾਤ ਤੋਂ ਵਾਕਿਆ ਤਾਂ ਐਸੇ ਹੁੰਦੇ ਨੇ ਕਿ ਆਰਫਾ ਸਦੀਕੀ ਉਹਨਾਂ ਦੇ ਘਰ ਚਲੀ ਜਾਂਦੀ, ਉਹ ਤੀਬ ਲਾ ਕੇ ਉਹਨੂੰ ਰੱਖ ਲੈਂਦੇ। ਪੂਰਾ ਸ਼ਹਿਰ ਜਿਹੜਾ ਨਾ ਜੱਗੇ ਕੋਲੋਂ ਨਫ਼ਰਤ ਕਰਦਾ, ਲੇਕਿਨ ਇੱਕ ਵਕਤ ਐਸਾ ਆਉਂਦਾ ਕਿ ਜੱਗਾ ਜਿਹੜਾ ਨਾ ਆਪਣੇ ਦੋਨਾਂ ਧੀਆਂ ਨੂੰ ਸਾਹਮਣੇ ਲੈ ਕੇ ਆਉਂਦਾ, ਔਰ ਸ਼ਹਿਰ ਵਾਲਿਆਂ ਨੂੰ ਦੱਸਦਾ ਕਿ ਮੈਂ ਇਹਨਾਂ ਨੂੰ ਕੰਮ ਸੱਤ ਪੜਦਿਆਂ ਦੇ ਅੰਦਰ ਜਵਾਨ ਕੀਤਾ ਸੀ, ਤਾਂ ਕਿ ਮੇਰੀ ਧੀਆਂ ਦਾ ਜਿਹੜਾ ਮੇਰੀ ਕਰਨੀ ਜੋ ਮੈਂ ਕੰਮ ਕਰਦਾ ਰਿਹਾ ਉਹਦਾ ਅਜ਼ਾਬ ਮੇਰੀਆਂ ਧੀਆਂ ਅੱਗੇ ਨਾ ਆਏ। ਧੀਆਂ ਦਾ ਕਿਰਦਾਰ ਅਦਾ ਕਰ ਦੁਦਾਨਾ ਰਹਿਮਾਨ ਅਤੇ ਕੁੱਕ ਭੱਟ ਨੇ ਅਦਾ ਕੀਤਾ, ਔਰ ਇਹ ਦੋਨੋਂ ਜਦੋਂ ਜਵਾਨ ਹੋ ਜਾਂਦੀਆਂ ਸੁਲਤਾਰ ਇਹਨਾਂ ਦੇ ਰਿਸ਼ਤੇ ਦੀ ਤਲਾਸ਼ 'ਚ ਜਾਂਦਾ, ਔਰ ਇੱਕ ਰਿਸ਼ਤੇ ਵਿਖਾਉਣ ਵਾਲੀ ਆਉਂਦੀ ਔਰ ਆ ਕੇ ਧੋਖੇ ਦੇ ਨਾਲ ਚਾਂਡੀਓ ਦੇ ਜਿਹੜੇ ਦੋ ਪੁੱਤਰ ਹੁੰਦੇ ਨੇ, ਚਾਂਡੀਓ ਅਤੇ ਅੱਛਾ ਪਹਿਲਵਾਨ ਜਿਹੜਾ ਆਪਸੀ ਦੋਸਤ ਹੁੰਦੇ ਨੇ, ਉਹ ਅੱਛਾ ਪਹਿਲਵਾਨ ਸਾਜ਼ਿਸ਼ ਕਰਕੇ ਸੁਲਤਾਰ ਦੀ ਦੋਨੋਂ ਧੀਆਂ ਦੀ ਸ਼ਾਦੀ ਜਿਹੜਾ ਨਾ ਚਾਂਡੀਓ ਦੇ ਦੋਨਾਂ ਪੁੱਤਰਾਂ ਨਾਲ ਕਰਾਰ ਦਿੰਦਾ, ਜਿਹੜਾ ਕਿ ਬਦਮਾਸ਼ ਹੁੰਦੇ ਨੇ। ਔਰ ਇਹ ਕਰੈਕਟਰ ਅਦਾਕਾਰ ਸ਼ੁਦਾ ਅਸ਼ਮੀ ਔਰ ਮੁਹੰਮਦ ਜ਼ੁਬੈਰ ਨੇ ਅਦਾ ਕੀਤਾ, ਔਰ ਇਹਨਾਂ ਦਾ ਵੀ ਕੋਈ ਕੰਮ ਨਹੀਂ ਹੁੰਦਾ। ਔਰ ਐਨ ਸ਼ਾਦੀ ਵਾਲੇ ਦਿਨ ਆਰਫਾ ਸਿੱਦੀਕੀ ਬੇਵਾ ਹੋ ਜਾਂਦੀ ਹੈ, ਉਸ ਤੋਂ ਬਾਅਦ ਉਹਦਾ ਵੀ ਕੰਮ ਹੀ ਖਤਮ ਹੋ ਜਾਂਦਾ। ਔਰ ਇਸ ਫਿਲਮ ਦੇ ਅੰਦਰ ਇੱਕ ਕੁੜੀ ਰੱਖੀ ਗਈ ਹੈ ਜਿਹੜੀ ਕਿ ਸ਼ਹਿਬਾਜ਼ ਅਕਮਲ ਦੇ ਨਾਲ ਪਿਆਰ ਕਰਦੀ, ਉਹਦੇ ਨਾਲ ਇੱਕ ਗਾਣਾ ਕਰਦੀ ਹੈ, ਉਹਦਾ ਵੀ ਕੋਈ ਖਾਸ ਕੰਮ ਨਹੀਂ ਸੀ। ਯਾਨੀ ਕਿ ਬਹੁਤ ਸਾਰੇ ਪ੍ਰਸਿੱਧ ਕਰੈਕਟਰ ਇਸ ਫਿਲਮ ਦੇ ਅੰਦਰ ਸ਼ਾਮਲ ਕੀਤੇ ਗਏ। ਔਰ ਐਂਡ ਇਸ ਤਰ੍ਹਾਂ ਹੁੰਦਾ ਕਿ ਜਿਹੜਾ ਜੱਗਾ ਹੁੰਦਾ, ਜੱਗੇ ਨੂੰ ਅੱਛਾ ਜਿਹੜਾ ਨਾ ਅੱਛਾ ਸਾਹਮਣੇ ਆ ਜਾਂਦਾ, ਔਰ ਉਹਨਾਂ ਦੀ ਧੀਆਂ ਨੂੰ ਤਿੱਕੇ ਮਾਰ ਕੇ ਬਾਹਰ ਕੱਢਦਾ। ਜੱਗਾ ਜਿਹੜਾ ਨਾ ਉਹਦੇ ਪੈਰ ਵਿੱਚ ਹੁੰਦਾ, ਉਹਨੂੰ ਕਹਿੰਦਾ ਕਿ ਖੁਦਾ ਦਾ ਵਾਸਤੇ ਤੂੰ ਮੇਰੀ ਧੀਆਂ ਨੂੰ ਤਲਾਕ ਨਾ ਦੇ, ਲੇਕਿਨ ਉਹ ਧੀਆਂ ਦੀ ਤਲਾਕ ਦੀ ਧਮਕੀ ਦਿੰਦਾ। ਇਹਨੂੰ ਚਾਂਡੀਓ ਪੁਲਿਸ ਤੋਂ ਫਰਾਰ ਹੋ ਕੇ ਆ ਜਾਂਦੇ, ਔਰ ਜਦੋਂ ਉਹਨੂੰ ਪਤਾ ਚੱਲਦਾ ਉਹ ਵੀ ਜਿਹੜਾ ਨਾ ਉਹ ਜੱਗੇ ਕੋਲ ਬੜੀ ਨਫ਼ਰਤ ਕਰਦਾ, ਕਿਉਂਕਿ ਉਹਨੇ ਧੀਆਂ ਦਰਗੋਰ ਕੀਤੀਆਂ ਹੁੰਦੀਆਂ ਜ਼ਿੰਦਾ, ਅਤੇ ਉਹ ਜਦੋਂ ਉਹਨੂੰ ਅਸਲ ਹਕੀਕਤ ਪਤਾ ਚੱਲਦੀ ਹੈ ਅਤੇ ਉਹ ਫਿਰ ਮੈਦਾਨ ਹੀ ਨਿਕਲਦਾ, ਔਰ ਜੱਗਾ ਅਤੇ ਚਾਂਡੀਓ ਮਿਲ ਕੇ ਸਾਰਿਆਂ ਨੂੰ ਕਤਲ ਕਰ ਦਿੰਦੇ, ਔਰ ਜੱਗਾ ਵੀ ਮਾਰਿਆ ਜਾਂਦਾ ਔਰ ਚਾਂਡੀਓ ਵੀ ਮਾਰਿਆ ਜਾਂਦੇ ਔਰ ਬਾਕੀ ਦੁਸ਼ਮਣ ਵੀ ਮਾਰੇ ਜਾਂਦੇ ਨੇ। ਇਹ ਫਿਲਮ ਯੂਟਿਊਬ 'ਤੇ ਮੌਜੂਦ ਨਹੀਂ ਹੈ, ਅਗਰ ਤੁਹਾਨੂੰ ਮੇਰੀ ਮਾਲੂਮਾਤ ਅੱਛੀ ਲੱਗੀ ਹੋਵੇ ਮੇਰੇ ਚੈਨਲ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ ਅਤੇ ਸ਼ੇਅਰ ਕਰੋ, ਅਤੇ ਨੈਕਸਟ ਵੀਡੀਓ ਤੱਕ ਰੱਬ ਰਾਖਾ।